मैं मोहम्मद आसिफ का मेरा यूट्यूब चैनल पर आसिफ राजा व्लॉग बड़ी कमाल और बेहतरीन वीडियो चैनल है, जल्द जल्द सारे चैनल सब्सक्राइब कर दोस्तों, क्योंकि आज मलिक रियाज वादा पे वीडियो بسم الله الرحمن الرحيم. ਕਈ ਆਏ ਨੂੰ ਕਈ ਚੀਜ਼ਾਂ ਵਾਸਤੇ ਨੂੰ ਕਈ ਚੀਜ਼ ਚਲੇ ਗਏ ਇਹ ਵੇਲੇ ਲਾਸਟ 18 ਦੇ ਵਿੱਚ ਵੀ ਇਸਾਰਾ ਪੂਰਾ ਰਸੇਬ ਜਾਂ ਨਗਿਆਲ ਖਾਨ ਨਾਲ ਸਭ ਨੇ ਉਹ ਵੇਲੇ ਵੀ ਐਮਐਲਏ ਦਾ ਉਮੀਦਵਾਰ ਵੀ ਐਮਪੀ ਦਾ ਉਮੀਦਵਾਰ ਵੀ ਜਿੱਤ ਪਾਇਆ ਸੀ ਪੰਜਾਬ ਹੋਸੀ Kasım Noğun Meryah, Gulam Abbas, Kaki Zemur Hun Meryah. Adana Nizam'e Melek Gulam Abbas, Allah buna çağırsa ya, bimar thi ya, açanak, Allah'u piyama thi ya. Takdir de bas vayi. Lakin, Tusa Sari, Fadda da ki da, Mey Umul Jalal Pur Service Jam, Mera Sakka Chota Bira, Jive Mey Bala Sakka Hoa Ovi Hai. O öyle hay. Ben bir gal zorunlu bir zahat karşısında, benim dil diye vaze, umut ede ki buri da lagzi. O adam ki bi, momen bir dang kolu, bir kalp kolu dang lagye, to duji da bana lagide. Hadis de, ki eğer momen bir dang dang lagide, o da bana lagila deme. Mera sakka chota bira par itraz hai yusi chairman sir ek ko ek bang mara pehle phaplane de sir de kasim bol ne wali ko chha dang mara unne gujre lo le babu wali ne chha dang mara jana aur parcha karaya aur mera bira 100 banda khela chalo ji khushawadi Asa ghar gaye hai sab jo sijad baithe asa sare bra gaye hai inne pehle hath rakhe main unko ke main ifraz ek cheez ko das dewa sare nawjawan se khad le asa ke darmiyan mohabbat leke vajo nafrat zyada leke vajo anta gal sa aapas mein jale sara babe da khandan ye vele paave sare Duji amma de bir duhayım, katlayacağım, bhanyam, baki de hem. O kalha, ben o ehrana ki tırayı dan kha ke, o bal kasım onu kiyon ke? Kiyon? Tusha sade gira, sade aziz, sade ghar ki tukhe kilometre pas le de, sade amma ki kabari te, yehi ka pushla le te. Saatko, tuhane nalgan thi gaye. ਕਿਤੋਂ ਮਾਂ ਆਪਣੀ ਖਬਰ ਦੇ ਦਾਸ ਮੈਂ ਬਿਲਕੁਲ ਗੱਲ ਨਹੀਂ ਕਰਦਾ ਮੇਰੇ ਉਹ ਘਰਾਂ ਕੋਲੋਂ ਸਾਡੇ ਆਪਣੇ ਘਰਾਂ ਆਪਣੇ ਰਿਸ਼ਤੇਦਾਰ ਆਪਣੇ ਮੁਲੇ ਆਪਣੇ ਮਸਾਲ ਆਪਣੇ ਰਿਸ਼ਤੇਦਾਰ ਆ ਸਕਦੇ ਨੇ ਕਿ ਹਾਂ ਵੀ ਕੀ ਮਸਲਾ ਹੈ ਅਗਰ ਮੇਰੇ ਤੇ ਕੋਈ ਸਵਾਲ ਕਰੇ ਸੀ ਮੈਂ ਖੁਸ਼ੀ ਨਾਲ ਜਵਾਬ ਦੇ ਸਾਂ ਬਾਹਰ ਸਿਆਸਤ ਦੇ ਵੀ ਕੋਈ ਸ਼ੂਰ ਹੁੰਦਾ ਸਿਆਸਤ ਕੀਤੀ ਜਾਂਦੀ ਹੈ ਪਹਿਲੇ ਇੱਜ਼ਤ ਕੀਤਾ ਅਗਰ ਸਿਆਸਤ ਦੇ ਵਿੱਚ ਇੱਜ਼ਤ ਕਹਿਣੀ ਉਹ ਸਿਆਸਤ ਤੋਂ ਖਤਮ ਕਰ ਦੋ ਤੁਸਾਂ ਸਾਡੀ ਇੱਜ਼ਤ ਦਿੱਤੀ ਹੈ ਸਾਡੇ ਤੇ ਫਰਜ਼ ਹੈ ਲਾਜ਼ਮ ਹੈ ਐਸਾ ਤੁਹਾਡੇ ਨਾਲ ਦੀਰ ਵੀ ਕਰੂੰ ਤੋ ਇੱਜ਼ਤ ਵੀ ਦਿਉਂ ਤੁਹਾਡੇ ਨਾਲ ਦੋਨੋਂ ਵੀ ਸਹੀ ਤੁਹਾਡੇ ਮਸਲੇ ਮਸਾਇਲ ਵੀ ਹੱਲ
ਫਿਰ ਕੇ ਨਜ਼ਰੇ ਦੀ ਸਿਆਸਤ ਅਗੋਟਣ ਜੇ ਫਿਰ ਕੇ ਲੋਟਵਾਲ ਦੀ ਸਿਆਸਤ ਨਜ਼ਰੇ ਦੀ ਸਿਆਸਤ ਇਮਰਾਨ ਖਾਨ ਨੇ ਰੱਖੀ ਹੈ ਕਿ ਕਾਨੂੰਨ ਸਭ ਕਿਤੇ ਬਰਾਬਰ ਤਹਿਕ ਇਨਸਾਫ ਇਨਸਾਫ ਹੋ ਸਭ ਕਿਤੇ ਬਰਾਬਰ ਅਮੀਰ ਗਰੀਬ ਕੇ ਸਭ ਕਿਤੇ ਬਰਾਬਰ ਨੌਜਵਾਨ ਕੇ ਕਿ ਜੇਕਰ ਵਾਲਿਆ ਖੇਡ ਕੇ ਲੁੱਟ ਮਾਰ ਕਰਕੇ ਕੋਈ ਲੰਦਾ ਚਾਹੀ ਵੰਦੇ ਕੋਈ ਦੁਬਈ ਚਾਹੀ ਵੰਦੇ ਕੋਈ ਕਿਹੜਾ ਮੁਲਕ ਚਾਹੀ ਵੰਦੇ ਮੁਲਕ ਖੋਖਲਾ ਥਿਆ ਵੰਦੇ ਮੁਲਕ ਤਬਾਹੀ ਦੇ ਕਿਰਾਲੇ ਦੇ ਮੁਲਕ ਦੇ ਹਾਲਾਤ ਇਹ ਕਿ ਸਾਡੀ ਕਰੰਸੀ ਰੁਪਿਆ ਟੱਕੇ ਕੋਲ ਜਾਉਂ ਹੈ ਅਫਗਾਨਿਸਤਾਨ ਦਾ ਬਾਰੇ ਸਾਡਾ ਪਰਫਾਰਮਰ ਦੇਖੋ ਬਿਜਲੀ ਦੇ ਮੇਲੇ ਦੇਖੋ ਬਿਜਲੀ ਦੇ ਯੂਨਿਟ ਦੇਖੋ ਖਾਦ ਦੀ ਹਾਲਤ ਦੇਖੋ ਕਿ 3200 5500 8000 ਗੋਰੀ 15000 ਮੱਕਾਈ ਦਾ ਰੇਟ ਦੇਖੋ ਫੁੱਟੀ ਗੁਲਾ ਜਿਹਦੇ ਨੇ ਇਹ ਮੁਲਕੀ ਭਵਿਸ਼ਾ ਮਜ਼ਮੀਨ ਇਹਦੇ ਹਰ ਬੰਦਾ ਖੁਸ਼ਹਾਲੀ ਤੋਂ ਪਾਉਂਦਾ ਹੈ ਬਲਕਿ ਸੁਣੀ ਇਹ ਹੈ ਕਿ 40 ਸਾਲ ਤੋਂ ਵਾਲਿਆਂ ਖੇਡਣ ਵਾਲੇ ਲੁੱਟੇ ਨੇ ਤੱਕੇ ਨੇ ਉਹ ਵੀ ਤੇ ਪੈ ਗਰੀਬ ਦਾ ਮਾਲ ਮਾਤੋਂ ਕਮਾ ਕੇ ਮੁਲਕੇ ਖੇਡਣ ਦੇ ਉਹ ਸਾਊਦੀ ਅਰਬ ਵਿੱਚ ਉਹ ਦੁਬਈ ਵਿੱਚ ਉਹ ਕਹੀਂ ਜਾ ਹੈ ਉਹ ਆਪਣੇ ਮੁਲਕ ਨੂੰ ਆਪਣੇ ਪੈਰਾਂ ਦੇ ਖੜਾ ਕਰ ਦਿੰਦਾ ਹੈ ਤਾਂ ਸਾਰੇ ਪਤਾ ਹੈ ਸਾਡਾ ਜ਼ਾਤੀ ਤਲੋ ਵੀ ਇੱਜ਼ਤ ਇਤਰਾਮ ਪਿਆਰ ਮੁਹੱਬਤ ਅੱਲਾ ਵਾਲੇ ਸ਼ਹਿਰ ਦਾ ਵੀ ਯੂਸਫ ਅਗਿਲਾ ਦੇ ਨਾਲ ਹੈ ਲੇਕਿਨ ਉਹ ਪਾਰਟੀ ਦੇ ਨਜ਼ਰੀਏ ਨਾਲ ਜ਼ਰਦਾਰੀ ਦੇ ਨਜ਼ਰੀਏ ਨਾਲ ਮੈਂ ਇਤਫਾਕ ਨਹੀਂ ਕੀਤਾ ਮੈਂ ਕੋ ਟਿਕਟ ਵੀ ਸਾਰੇ ਆਕੇ ਗਿਆ ਇਹ ਵੀ ਆਕੇ ਸਪੋਰਟ ਵੀ ਹੈ ਹੈਲਪ ਵੀ ਹੋ ਸੀ ਹਾਸਿਲ ਵੀ ਲੇਕਿਨ ਨਹੀਂ ਅਲਹਮਦੁਲਿਲਾ ਤਰੀਕ ਇਨਸਾਫ ਵਿੱਚ ਆਏ ਹੈ ਹੁਣ ਤਰੀਕ ਇਨਸਾਫ ਦੇ ਵਿੱਚ ਵੀ ਸ਼ੁਰੂ ਤਿਆਰ ਹੈ ਜਿਹੜਾ ਬੰਦਾ ਟਿਕਟ ਗਿਣ ਕੇ ਐਮਐਲਏ ਬਣ ਗਿਆ ਔਰ 63 ਸਾਲ ਇੱਥੋਂ ਦਾ ਐਮਐਲਏ 8 ਅਰਬ ਦਾ ਫੰਡ ਗਿਣ ਗਿਆ 4 ਅਰਬ ਦਾ ਫੰਡ ਕਾ ਸਰਦਾਰ ਕਾਸਿਮ ਰਜਾ ਸੇ ਗਿੰਦੇ ਤੇ ਛੋੜ ਕੇ ਗਿਣ ਇੱਕ ਮੈਂ ਕਿਆ ਆਖ ਸਕਦਾ ਬੇਫਵਾਈ ਆਖ ਸਕਦੇ ਵੇ ਕਿਆ ਆਖ ਸਕਦਾ ਵਫਾਦਾਰੀ ਆਖ ਸਕਦੇ ਵੇ ਨਹੀਂ ਜ਼ਮੀਨ ਦਾ ਸੌਦਾ ਆਖ ਸਕਦੇ ਵੇ ਅਗਰ ਇਹਨਾਂ ਛੋੜ ਕੇ ਵੇਦਾ ਐਮਐਲਏ ਜੇ ਤੁਸਾ ਵੋਟ ਦਿੱਤੇ ਹਨ ਜੇ ਜਲਾਲਪੁਰ ਤਹਿਸੀਲ ਦਾ ਸੌਦਾ ਕੀਤਾ ਜੇ ਜਲਾਲਪੁਰ ਤਹਿਸੀਲ ਵੇਚੀਏ ਮੈਂ ਟਿਕਟ ਖਰੀਦ ਗਿਆ ਉਹਨਾਂ ਕੋਲ ਹਲਕਾ ਕਿਹੜਾ ਹੈ ਮੈਂ ਕਿ ਛੋੜਾ ਹੈ ਛੋੜ ਛੋੜਨ ਜਾ ਖੁਦਾ ਦੀ ਕਸਰ ਮੰਦਰ ਤਰਾ ਮੰਦਰ ਇਤੂ ਦੇ ਖਰੀਦ ਬੰਦੇ ਕੱਢੇ ਇਹ ਲੋਟੇ ਕੋ ਆ ਕੇ ਅੱਛਾ ਫਲਾਣਾ ਜਿਹੜਾ ਵੇਖ ਕੇ ਅਕਸਰ ਦੇ ਕੋਲ ਪਾੜੇ ਤਹਿਸੀਲ ਕੋ ਵੇਚੇ ਆਪਣਾ ਜ਼ਮੀਨ ਵੇਚੇ ਤੁਹਾਡੇ ਵੋਟ ਨੂੰ ਵੇਚੇ ਖੁਦਾ ਦਾ ਹੁਣ ਸੋਸ਼ਲ ਮੀਡੀਆ ਦਾ ਦੌਰ ਹੈ ਦੁਨੀਆ ਨਾਲ ਰਾਬਤੇ ਨੂੰ ਹਰ ਚੀਜ਼ ਅੱਜ ਨੌਜਵਾਨ ਇਮਰਾਨ ਖਾਨ ਦੇ ਬਿਆਨ ਦੇ ਕਿਉਂ ਖੜੇ ਇਮਰਾਨ ਖਾਨ ਦੇ ਬਿਆਨ ਵਿੱਚ ਇਹ ਵਜ੍ਹਾ ਤੋਂ ਖੜੇ ਕਿ ਸੱਚਾ ਆਸ਼ਿਕ ਰਸੂਲ ਹੈ ਮਦੀਨੇ ਦਾ ਤੇ ਜਹਾਜ਼ ਤੋਂ ਪਹਿਲੋਂ ਨੰਗੇ ਵੇਦਾ ਪਰੋਂ ਦਾ ਰਸੂਲ ਹੈ ਯਕਸ਼ੋ ਸਾਹਿਬ ਮੁੰਗੇਲਾ ਅਕਵਾਮੇ ਮੁਤਹੱਦਾ ਇਜਲਾਸ ਸੇ ਨਸਮ ਲੀਦਾ ਉਹਦਾ ਖੜਾ ਸੀ ਕਿ ਆਦੇ ਕਿ ਨਬੀ ਪਾਕ ਸਈ ਹਜ਼ਰ ਮੁਹੰਮਦ ਪਾਕ ਸੇ ਸਲਮ ਸਾਡੇ ਦਿਲ ਚ ਅਗਰ ਤੁਸਾਂ ਨੌਜ਼ ਬਿੱਲਾ ਗੁੱਸਾ ਖਾਨ ਰਖਾ ਕੇ ਚਲੇ ਤੋ ਕੋਈ ਔਰ ਬਨ ਕੰਟਰੀ ਸਾਡੇ ਦਿਲ ਦਰਦੀ ਸੀ ਇਹਨਾਂ ਦਾ ਚੋਣ ਕਿਆ ਹੈ ਉਹ ਯਹੂਦ ਨੇ ਉਹ ਕੋਈ ਅਫਸਰ ਪਕੜਾਇਆ ਗ੍ਰਿਫਤਾਰ ਕਰਾਇਆ ਅਸਾਦ ਹੈ ਕਿ ਬਿਲਕੁਲ ਗੱਲੇ ਵੀ ਬਣੇ ਜਮ ਸਾਹਿਬ ਸਿਵਰੇਜ ਵੀ ਬਣੇ ਸੋਈ ਗੈਸ ਕੀ ਆਵੇ ਹੱਕ ਹੈ ਲੇਕਿਨ ਇਹ ਵੋਟ ਦੀ ਤਾਕਤ ਨਾਲ ਮੁਲਕ ਦੀ ਤਕਦੀਰ ਬਦਲਦੀ ਹੈ ਕੌਮ ਬਣਦੀ ਹੈ ਔਰ ਮੁਲਕ ਖੁਸ਼ਹਾਲ ਹੁੰਦਾ ਹੈ ਉਹਨਾਂ ਬਣਦਾ ਹੈ ਪੰਜਾਬੀ ਦਾਨੇ ਦੇ ਵਿੱਚ ਗੱਲੀ ਵੀ ਜ਼ਰੂਰ ਬਣਦੀ ਹੈ ਸੜਕ ਹੀ ਬਣਦੀ ਹੈ
ਤੁਹਾਡਾ ਵੋਟ ਬੜਾ ਕੀਮਤੀ ਹੈ ਆਪਣੇ ਵੋਟ ਦੀ ਕਦਰ ਕਰੋ ਆਪਣਾ ਵੋਟ ਸੱਚੇ ਲੀਡਰ ਨੂੰ ਦਿਓ ਸੱਚੀ ਪਾਰਟੀ ਨੂੰ ਦਿਓ ਜਿਹਦੇ ਨਾਲ ਇਹ ਮੁਲਕ ਆਪਣੇ ਪੈਰਾਂ ਤੇ ਖੜਾ ਸੀਵੇ ਇਹ ਮੁਲਕ ਦੀ ਕਦਰ ਪਵੇ ਅੱਜ ਅੱਜ ਜਿੱਤਦੇ ਅਰਬ ਕੰਟਰੀ ਦੇ ਵਿੱਚ ਸਾਊਦੀ ਅਰਬ ਦੁਬਈ ਜਾਂ ਜਿੱਤਣਾ ਵੀ ਗਲਫ ਹੈ ਕਿਉਂ ਤੁਮੇ ਕਿਹਾ ਦੇ ਕਿ ਮਰਾਂ ਦਾ ਵੋਟ ਦਿਓ ਉੱਠਾ ਉਹਨੇ ਇਹ ਮੁਲਕ ਦੀ ਇੱਜ਼ਤ ਬਣਾਈ ਹੈ ਮੁਲਕ ਦੀ ਇੱਜ਼ਤ ਬਣਾਈ ਹੈ ਜਿਹੜੇ ਚੋਰ ਵੇਂਦੇ ਉੱਠਾ ਬਣ ਕੇ ਇਹ ਲੁੱਟ ਕੇ ਚਾਹ ਵੇਂਦੇ ਨੂੰ ਤਾਂ ਇਹ ਸਾਰੇ ਚੋਰ ਸਨੇ ਨੇ ਜਿਹੜੇ ਵਾਰਿਆ ਲਈ ਖੜੇ ਜਿਹੜੇ ਇੱਕ ਬੈਂਕ ਵਾਲੇ ਦੀ ਪੱਟਾ ਪਾਉ ਗੱਲ ਨੇ ਜਾ ਕੇ ਲੜਕਾ ਨੇ ਦੀ ਗੱਲੇ ਛਿੱਕੇ ਸੂ ਉਹ ਡੱਟ ਪੜੇ ਸੂ ਵਾਹ ਲੀਡਰ ਆ ਤੇ ਇਮਰਾਨ ਖਾਨ ਇਹ ਮੁਲਕ ਵੀ ਆਪਣਾ ਹੈ ਫੌਜ ਵੀ ਆਪਣੀ ਹੈ ਇਹ ਮੁਲਕ ਵੀ ਆਪਣਾ ਹੈ ਫੌਜ ਵੀ ਆਪਣੀ ਹੈ ਫੌਜ ਪਾਕਿਸਤਾਨ ਦੀ ਫੌਜ ਹੈ ਕੌਮੀ ਫੌਜ ਹੈ ਜਿਤਨਾ ਫੌਜ ਮਜ਼ਬੂਤ ਹੋ ਸੀ ਮੁਲਕ ਉਤਨਾ ਮਜ਼ਬੂਤ ਹੋ ਸੀ ਅਸਾਂ ਆਪਣੀ ਮੁਲਕ ਦੀ ਫੌਜ ਨਾਲ ਵੀ ਉਹ ਇਸਲਾਮ ਕਰਨੇ ਹੈ ਉਹ ਪਿਆਰ ਕਰਨੇ ਹੈ ਉਹ ਇੱਜ਼ਤ ਕਰਨੇ ਹੈ ਅਸਾਂ ਚਾਹੁੰਦੇ ਹਾਂ ਕਿ ਸਾਡੇ ਮੁਲਕ ਦੇ ਇਦਾਰੇ ਜਿਤਨਾ ਮਜ਼ਬੂਤ ਹੋ ਸਕਣ ਮੁਲਕ ਉਤਨਾ ਮਜ਼ਬੂਤ ਹੋ ਸਕੇ ਨਾਰੇ ਸ਼ਹਿਰ ਮੈਂ 18-19 ਸਾਲ 20 ਸਾਲ ਨੌਕਰੀ ਸਰਵਿਸ ਕੀਤੀ ਪੰਛੀ ਸਾਲ ਮੈਂ ਲਾਇਆ ਰਿਟਾਇਰਮੈਂਟ ਤੋਂ ਬਾਅਦ ਇੱਕ ਜ਼ਿਹਨ ਚਾਹੀ ਕਿ ਛੋਟੇ ਜਿਹਾ ਸੇ ਬਾਬਾ ਬਹਿਸ਼ ਦੀ ਅੱਲਾ ਦੀ ਮਖਲੂਕ ਦੀ ਖਿਦਮਤ ਦਿੰਦਿਆ ਸੇ ਪਿਆਰ ਦਿੰਦਿਆ ਸੇ ਮਿਲੇ ਤਾਂ ਹੀ ਇੱਜ਼ਤ ਕਰਨ ਦਾ ਇੱਕ ਟੁੱਟ ਪੋਣ ਆਈ ਇਸ ਲਈ ਮੈਂ ਇਹ ਚੀਜ਼ ਦੀ ਕਿ ਭਾਈ ਅਗਰ ਅੱਜ ਤੋਂ 50 ਸਾਲ ਪਹਿਲੇ ਸਾਡਾ ਬਾਬਾ ਬਹਿਸ਼ ਦੀ ਅੱਲਾ ਦੇ ਮਖਲੂਕ ਦੀ ਖਿਦਮਤ ਕਰਨ ਦੇ ਔਰ ਇਹ ਮਿਸ਼ਨ ਨੂੰ ਕਿਉਂ ਨਾ ਜਾਰੀ ਰੱਖਿਆ ਨਹੀਂ ਹੈ ਖੁਦਾ ਗਵਾਹ ਹੈ ਇਹ ਚੀਜ਼ ਨੂੰ ਸਾਹਮਣੇ ਰੱਖ ਕੇ ਇਹ ਸ਼ੁਰੂ ਕੀਤਾ ਔਰ ਇਨਸ਼ਾਅੱਲਾ ਇਹ ਰਾਸੀ ਅੱਲਾ ਦੇ ਮਖਲੂਕ ਦੀ ਖਿਦਮਤ ਬਹੁਤ ਬੜੀ ਨੇਕੀ ਹੈ ਤੁਸਾਂ ਕਹਿੰਦੇ ਦੀ ਦੁਆ ਕਰਨੇ ਵੇ ਬਹੁਤ ਬੜੀ ਨੇਕੀ ਹੈ ਔਰ ਕਹਿੰਦੇ ਕਿਆ ਸਰ ਕਫਨ ਦੇ ਕੱਪੜੇ ਚਾਹੋਗੇ ਜਾਂ ਅਮਾਲ ਚਾਹੋਗੇ ਵੀ ਇੱਕ ਚਾਹ ਗਏ ਲਾਭ ਕੋਈ ਜਾਇਦਾਦ ਕੋਈ ਰੁਪਏ ਕੋਈ ਜਗੀਰ ਚਾਹ ਗਏ ਨਹੀਂ ਲਿਹਾਜ਼ਾ ਅਗਰ ਆਪਣੇ ਅਮਾਲ ਬਿਹਤਰ ਹੋਣਗੇ ਖੁਦਾ ਦੇ ਮਖਲੂਕ ਕੋ ਤੁਸਾਂ ਇੱਜ਼ਤ ਲਿਓ ਖੁਦਾ ਦੇ ਮਖਲੂਕ ਭਲਾ ਪਹੁੰਚਾਓ ਖੁਦਾ ਦੇ ਮਖਲੂਕ ਸੁੱਖ ਪਹੁੰਚਾਓ ਮੈਂ ਸਮਝਦਾ ਬਹੁਤ ਬੜੀ ਨੇਕੀ ਹੈ ਸਾਡੀ ਪਾਰਟੀ ਤਹਿਰੀਕ ਇਨਸਾਫ ਮੇਰੀ ਦੋ ਦਫ਼ਾ ਇਮਰਾਨ ਖਾਨ ਸਾਹਿਬ ਨਾਲ ਮੁਲਾਕਾਤ ਹੋਈ ਹੈ ਮੈਂ ਤਕਰੀਰ ਸੁਣੀ ਹੈ ਅੱਲਾ ਗਵਾਹ ਹੈ ਸੱਚਾ ਲੀਡਰ ਹੈ ਦਿਲਦਾਰ ਹੈ ਆਸ਼ਿਕ ਰਸੂਲ ਹੈ ਕੋਈ ਉੱਪਰ ਲਾਲਚ ਹੈ ਲਾਲਚ ਹੋਵੇ ਤਾਂ ਉਹ ਤਾਂ ਇੱਕ ਬੈਟ ਦੇ ਬੱਲੇ ਦੇ ਇੱਕ ਸਾਈਨ ਜੇ ਕਰੇ ਉਹ ਲੱਖਾਂ ਕਰੋੜਾਂ ਦਾ ਵਿਕਦਾ ਹੈ ਤਕਰੀਰ ਸੁਣੀ ਉਹਦੇ ਮਿਸ਼ਨ ਵੀ ਤਬਾਹ ਥਾ ਪਿਛਲੇ ਸਾਲ ਕੈਂਪੀਏ ਬਣ ਰਹੇ ਸੋ ਵਜ਼ੀਰ ਬਣ ਰਹੇ ਸੋ ਕਿ ਐਸ ਪੀ ਮਿਲ ਸੀ ਕਿ ਐਸ ਐਚ ਮਿਲ ਸੀ ਉਹਨੇ ਖੁਦਾ ਦਾ ਗਰੀਬ ਦਾ ਸੁਝਾ ਹੈ ਇਨਸਾਫ ਨੂੰ ਲਿਖਾ ਹੈ ਔਰ ਮੁਲਕ ਸੁਝਾ ਹੈ ਤਾਂ ਇਹ ਗੱਲ ਗੁਜ਼ਾਰ ਗਿਆ ਤਾਂ ਜਲਸੇ ਬਹੁਤ ਸਾਰੇ ਹਨ ਅਗੇ ਵਹੀ ਨੇ ਮੈਂ ਇੱਕ ਦਫ਼ਾ ਬਾਅਦ ਆਪਣੇ ਸਾਰੇ ਅਜੀਬ ਭਰਾ ਆਪਣੇ ਨਿਆਲ ਖਾਨਦਾਨ ਮੁਲੇਰ ਮਸਾਤ ਵਸੇਰ ਮੈਂ ਆਪਣੇ ਖਾ ਵਿੱਚ ਹਾਂ ਇਸ ਨੂੰ ਕੋਈ ਪੈਰ ਕਰੀ ਨਹੀਂ ਜਿੱਦਾਂ ਤੁਹਾਡਾ ਸਭ ਇੱਜ਼ਤ ਦਿੱਤੀ ਹੈ ਮੁਹੱਬਤ ਦਿੱਤੀ ਹੈ ਇਸਤਕਬਾਲ ਕੀਤੇ ਹੈ ਔਰ ਇਨਸ਼ਾ ਅੱਲਾਹ ਤਾਲਾ ਅਸਾਂ ਵੀ ਕਾਮਯਾਬ ਠੀਕ ਹੈ ਅੱਲਾਹ ਤਾਲਾ ਸਭ ਜ਼ਰੂਰ ਹਿੰਮਤ ਦੇ ਸੀ ਸੁਜਾਣ ਦੇ ਸੀ ਤੁਹਾਡਾ ਖਿਆਲ ਰੱਖਣ ਦਾ ਇਹ ਇਨਸ਼ਾ ਅੱਲਾਹ ਇਹ ਮਾਣ ਸਾ ਵਧੇ ਸੋ ਮਾਣ ਘਟੇ ਸੋ ਮਾਣ